ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਰੋਬੇ ਧੰਚਲ। ਅਜੀਤ ਬੁਲੇਟਿਨ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ। ਸਕੂਲ ਦੇ ਸਾਲਾਨਾ ਸਮਾਗਮ ਦੇ ਵਿੱਚ ਦਾਦਾ-ਦਾਦੀ ਦੀ ਨੋ ਐਂਟਰੀ ਉੱਤੇ ਭੜਕੇ ਸਿੱਖਿਆ ਮੰਤਰੀ। ਪੰਜਾਬ ਸਰਕਾਰ ਵੱਲੋਂ ਆਨੰਦ ਕਾਰਜ ਮੈਰਿਜ ਐਕਟ ਵਿੱਚ ਸੋਧ ਦੀ ਤਿਆਰੀ ਸ਼ੁਰੂ। ਲੁਧਿਆਣਾ ਦੁਗਰੀ ਪੁੱਲ ਨੇੜੇ ਸੁੱਕੀ ਨਹਿਰ ਵਿੱਚ ਮਿਲੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਸੁਰੱਖਿਅਤ ਗੁਰਦੁਆਰਾ ਸਾਹਿਬ ਪਹੁੰਚਾਏ। ਡੱਲੇਵਾਲ ਦੇ ਮਰਨ ਵਰਤ ਨੇ ਹਿਲਾਈ ਭਗਵੰਤ ਮਾਨ ਸਰਕਾਰ। ਜਾਕਿਰ ਨਾਇਕ ਨੂੰ ਕਤਰ ਵਿੱਚ ਫੀਫਾ ਵਿਸ਼ਵ ਕੱਪ ਵਿੱਚ ਗੱਲਬਾਤ ਲਈ ਸੱਦਾ ਦੇਣ ਉੱਤੇ ਬੋਲੇ ਹਰਦੀਪ ਸਿੰਘ ਪੁਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਅਹਿਮ ਖਬਰਾਂ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ਉੱਤੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਮੋਹਨਪੁਰ ਦੇ ਵਿੱਚ ਸਥਿਤ ਇੱਕ ਨਿੱਜੀ ਸਕੂਲ ਨੂੰ ਸਾਲਾਨਾ ਸਮਾਗਮ ਦੇ ਵਿੱਚ ਦਾਦਾ ਦਾਦੀ ਦੀ ਐਂਟਰੀ ਬੈਨ ਕਰਨ ਦੇ ਸੰਬੰਧੀ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਮਿਤੀ 20/11/2022 ਨੂੰ ਕਰਵਾਏ ਸਾਲਾਨਾ ਸਮਾਗਮ ਦੇ ਵਿੱਚ ਕੇਵਲ ਮਾਪਿਆਂ ਨੂੰ ਹੀ ਬੁਲਾਇਆ ਗਿਆ ਸੀ ਤੇ ਸਾਲਾਨਾ ਸਮਾਗਮ ਦੇ ਕਾਰਡ ਨਾਲ ਵਿਦਿਆਰਥੀਆਂ ਦੇ ਮਾਪਿਆਂ ਲਈ ਨੱਥੀ ਸਲਿੱਪ ਰਾਹੀਂ ਸਮਾਗਮ ਦੇ ਵਿੱਚ ਦਾਦਾ ਦਾਦੀ ਦੀ ਐਂਟਰੀ ਦੀ ਮਨਾਹੀ ਕੀਤੀ ਗਈ ਸੀ, ਜੋ ਕਿ ਸਾਡੇ ਸਤਿਕਾਰਤ ਬਜ਼ੁਰਗਾਂ ਪ੍ਰਤੀ ਅਨਾਦਰ ਦੀ ਭਾਵਨਾ ਦਰਸਾਉਂਦਾ ਹੈ। ਬੈਂਸ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਲਿਆ ਹੈ ਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸੰਬੰਧੀ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਕੋਈ ਹੋਰ ਨਿੱਜੀ ਸਕੂਲ ਨਾ ਕਰੇ। ਇੱਥੇ ਖੰਨੇ ਉਹਨਾਂ ਨੇ ਬਕਾਇਦਾ ਲਿਖਤਾ ਆਪਣੇ ਨੋਟਿਸ ਦੇ ਵਿੱਚ ਸਾਲਾਨਾ ਸਮਾਗਮ ਦੇ ਵਿੱਚ ਵੀ ਦਾਦਾ ਦਾਦੀ ਕੋਈ ਵੀ ਬੱਚਿਆਂ ਦੇ ਨਾਲ ਨਹੀਂ ਆਊਗਾ ਜੀ। ਕਿੱਥੇ ਦਿਖਾਓ ਦੋ ਬਸ ਏਦਾਂ ਦੇ ਮਸਲੇ ਲੈ ਕੇ ਕਰੋ ਕਿ ਦੇਖੋ ਆਪਾਂ ਸੁਧਾਰ ਕਰਨਾ ਤਾਂ ਸਾਨੂੰ ਮੀਡੀਆ ਦੇ ਸਾਥ ਦੀ ਵੀ ਲੋੜ ਹੈ। ਏਦਾਂ ਦੇ ਮਸਲੇ 100% ਠੀਕ। ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਦੀ ਵੱਲੋਂ ਮੇਰੀ ਡਿਊਟੀ ਹੈ ਜਿਹੜੀ ਟੈਲੀਫੋਨ ਸੰਦੇਸ਼ ਅਨੁਸਾਰ ਹੈ ਜਿਹੜੀ ਉੱਥੇ ਲਗਾਈ ਗਈ ਸੀਗੀ। ਉੱਥੇ ਕਿਸੇ ਨੇ ਇਹ ਸ਼ਿਕਾਇਤ ਕੀਤੀ ਸੀਗੀ ਵੀ ਵਿਦਿਆਰਥੀਆਂ ਦੇ ਦਾਦਾ ਦਾਦੀ ਨੂੰ ਜਿਹੜਾ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ ਰੋਕਿਆ ਗਿਆ। ਉਹਨਾਂ ਨੇ ਕੋਈ ਸਰਕੂਲਰ ਇਸ਼ੂ ਕੀਤਾ ਸੀਗਾ, ਉਸਦੀ ਉਹ ਜਿਹੜੀ ਕਾਪੀ ਹੈ ਜ਼ਿਲ੍ਹਾ ਸਿੱਖਿਆ ਅਫਸਰ ਜੀ ਵੱਲੋਂ ਉਹ ਮੈਨੂੰ ਭੇਜੀ ਗਈ ਸੀਗੀ। ਇਸ ਸੰਬੰਧੀ ਅਸੀਂ ਆਪਣੀ ਟੀਮ ਲੈ ਕੇ ਮੈਂ ਨਾਲ ਗਿਆ ਸੀ। ਉਸ ਸੰਬੰਧੀ ਪ੍ਰਿੰਸੀਪਲ ਜਿਹੜੇ ਉੱਥੇ ਹੈਗੇ ਹੁਣ ਹੈਗੇ ਜਾਂ ਹੋਰ ਵੀ ਜਿਹੜੇ ਪ੍ਰਬੰਧਕ ਸੀਗੇ ਉਹਨਾਂ ਤੋਂ ਇਹ ਲਿਖਤੀ ਰੂਪ ਦੇ ਵਿੱਚ ਲਿਆ ਗਿਆ ਹੈ। ਉਹਨਾਂ ਨੇ ਇਹ ਕਿਹਾ ਹੈ ਵੀ ਅਸੀਂ ਦਾਦਾ ਦਾਦੀ ਨੂੰ ਨਹੀਂ ਰੋਕਿਆ ਗਿਆ, ਪਰ ਹੁਣ ਅਸੀਂ ਨਹੀਂ ਰੋਕਾਂਗੇ। ਪਹਿਲਾਂ ਸਰਕੂਲਰ ਹੈ ਜਿਹੜਾ ਇਹ ਇੱਦਾਂ ਦਾ ਜਾਰੀ ਹੋ ਗਿਆ ਸੀਗਾ, ਪਰ ਹੁਣ ਅਸੀਂ ਨਹੀਂ ਬਿਲਕੁਲ ਨਹੀਂ ਰੋਕਾਂਗੇ। ਅਸੀਂ ਇੱਕ ਕਾਰਡ 'ਤੇ ਦੋ ਬੰਦੇ ਹੀ ਨੇ ਜਿਹੜੇ, ਦੋ ਪੇਰੈਂਟਸ, ਉਹਨਾਂ ਨੂੰ ਹੀ ਅਲਾਓ ਕਰਾਂਗੇ। ਠੀਕ ਹੈ, ਹੋਰ ਨੌਜਵਾਨਾਂ ਦੀ ਜਿਹੜੀ ਭੀੜ ਹੈ ਜਿਹੜੀ ਉਹ ਨਹੀਂ, ਕਿਉਂਕਿ ਸਮਾਗਮ ਦੇ ਵਿੱਚ ਜਿਹੜਾ ਉਹ ਵਿਘਨ ਪੈਂਦਾ ਵੀ ਉਸ ਕਰਕੇ ਨਹੀਂ ਅਲਾਓ ਕੀਤਾ ਜਾਂਦੇ। ਦਾਦਾ ਦਾਦੀ ਅਤੇ ਪੇਰੈਂਟਸ ਨੂੰ ਅਸੀਂ ਬਿਲਕੁਲ ਰੁਕਾਵਟ ਨਹੀਂ ਕਰਾਂਗੇ। ਇਸ ਸੰਬੰਧੀ ਅਸੀਂ ਨੋਟਿਸ ਬੋਰਡ ਹੈ ਜਿਹੜਾ ਉਹਦੇ 'ਤੇ ਲਗਾ ਵੀ ਦਿੱਤਾ ਹੈ ਵੀ ਦਾਦਾ ਦਾਦੀ ਆਰ ਮੋਸਟ ਰਿਸਪੈਕਟਡ ਐਂਡ ਵੈਲਕਮ ਹੇਅਰ। ਹੋਰ ਕੋਈ ਉਹਨਾਂ ਨੇ ਮੈਨੂੰ ਲਿਖਤੀ ਰੂਪ ਦੇ ਵਿੱਚ ਇਹ ਜਿਹੜਾ ਦੱਸਿਆ ਹੈ। ਦੇਖੋ ਇਹ ਉਹਨਾਂ ਨੇ ਅੱਜ ਜਿਹੜਾ ਉਹਨਾਂ ਦਾ ਫੈਸਲਾ ਹੈ, ਅੱਜ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਦਾਦਾ ਦਾਦੀ ਨੂੰ ਬਿਲਕੁਲ ਰੋਕਿਆ ਨਹੀਂ ਜਾਵੇਗਾ। ਹਾਂ, ਪਹਿਲਾਂ ਉਹਨਾਂ ਤੋਂ ਇਹ ਹੋ ਗਿਆ ਸੀਗਾ, ਪਹਿਲਾਂ ਉਹਨਾਂ ਨੇ ਲਿਖਿਆ ਸੀਗਾ ਵੀ ਹਾਂ ਸਾਡੇ ਵੱਲੋਂ ਇਹ ਤਾਂ ਕਿ ਜਿਹੜੀ, ਕਿਉਂਕਿ ਉਹਨਾਂ ਨੇ ਨਾਲ ਇਹ ਵੀ ਦੱਸਿਆ ਵੀ ਦਾਦਾ ਦਾਦੀ ਦਾ ਜਿਹੜਾ ਗ੍ਰੈਂਡ ਪੇਰੈਂਟਸ ਦਾ ਸੀ ਪਹਿਲਾਂ ਫੰਕਸ਼ਨ ਕਰ ਚੁੱਕੇ ਹਾਂ ਵੀ ਇਸ ਕਰਕੇ ਦਾਦਾ ਦਾਦੀ ਨੂੰ ਨਹੀਂ ਅਲਾਓ ਕੀਤਾ ਸੀਗਾ। ਪੇਰੈਂਟਸ ਨੂੰ ਹੁਣ ਅਸੀਂ ਅਲਾਓ ਕੀਤਾ, ਪਰ ਹੁਣ ਅਸੀਂ ਦਾਦਾ ਦਾਦੀ ਨੂੰ ਵੀ ਅਲਾਓ ਕਰਾਂਗੇ। ਮੇਰੇ ਵੱਲੋਂ ਜਿਹੜੀ ਰਿਪੋਰਟ ਹੈ ਉਹ ਤਿਆਰ ਕੀਤੀ ਗਈ ਹੈ ਵੀ ਉਹਨਾਂ ਨੇ ਜਿਹੜਾ ਵੀ ਬਣਦੀ ਕਾਰਵਾਈ ਲਈ ਦਾਦਾ ਦਾਦੀ ਨੂੰ ਬਿਲਕੁਲ ਇਹ ਰੋਕਣਗੇ ਨਹੀਂ, ਵੀ ਉਹ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਜੀ ਨੂੰ ਭੇਜ ਦਿੱਤੀ ਜਾਊਗੀ। ਜੋ ਅਗਲੀ ਕਾਰਵਾਈ ਹੈ ਦੇਖੋ ਉਹ ਉਹਨਾਂ ਨੇ ਹੀ ਕਰਨੀ ਹੈ। ਪੰਜਾਬ ਸਰਕਾਰ ਨੇ ਆਨੰਦ ਕਾਰਜ ਮੈਰਿਜ ਐਕਟ ਵਿੱਚ ਸੋਧ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਅਨੁਸਾਰ ਇਸ ਸੋਧ ਦੇ ਖਰੜੇ ਨੂੰ ਆਉਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਮਨਜ਼ੂਰੀ ਦਿੱਤੀ ਜਾ ਰਹੀ ਹੈ। ਨਵੀਂ ਸੋਧ ਮੁਤਾਬਕ ਆਨੰਦ ਕਾਰਜ ਮੈਰਿਜ ਐਕਟ ਤਹਿਤ ਵਿਆਹ ਕਿਤੇ ਵੀ ਰਜਿਸਟਰ ਕੀਤਾ ਜਾ ਸਕਦਾ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਸਾਲ 2016 ਵਿੱਚ ਆਨੰਦ ਮੈਰਿਜ ਐਕਟ ਲਾਗੂ ਹੋਇਆ ਸੀ, ਪਰ ਇਸ ਨੂੰ ਸਹੀ ਢੰਗ ਦੇ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। ਇਸ ਤੋਂ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਉਸ ਤੋਂ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ, ਫਿਰ ਵੀ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ। ਪਹਿਲਾਂ ਇਹ ਵਿਆਹ ਹਿੰਦੂ ਵਿਆਹ ਦੇ ਵਜੋਂ ਰਜਿਸਟਰ ਹੁੰਦਾ ਰਿਹਾ। ਇਸ ਕਾਰਨ ਵਿਦੇਸ਼ ਜਾਣ ਵਾਲੇ ਜੋੜਿਆਂ ਨੂੰ ਜਿੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਉਹਨਾਂ ਲਈ ਵਿਦੇਸ਼ ਜਾ ਕੇ ਇਹ ਸਾਬਤ ਕਰਨਾ ਵੀ ਔਖਾ ਹੋ ਗਿਆ ਕਿ ਉਹ ਹਿੰਦੂ ਜੋੜਾ ਹੈ ਜਾਂ ਸਿੱਖ। ਇਸ ਤੋਂ ਬਾਅਦ ਵਿੱਚ ਸੋਧ ਹੋਈ ਅਤੇ ਫਿਰ ਵਿਆਹ ਰਜਿਸਟਰ ਹੋਣੇ ਸ਼ੁਰੂ ਹੋ ਗਏ। ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਸੁੱਕੀ ਨਹਿਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਮਿਲਣ ਕਾਰਨ ਇਲਾਕੇ ਵਿੱਚ ਸਥਿਤੀ ਤਣਾਅਪੂਰਨ ਬਣ ਗਈ।
सिख जथेबंदियों वालों नहर विच पए श्री गुरु ग्रंथ साहिब जी दे सरूपां नूं इकट्ठा करके पुलिस नूं सूचित कर दिता गया। सिख जथेबंदियों ने मांग की कि इस संबंधी जो भी दोषी है उसके खिलाफ सख्त तो सख्त कार्रवाई की जाए। घटना स्थान उपर पहुंची पुलिस दे वालों जांच शुरू कर दी गई है। जिदा कि आप सबन पता ही है पिछले लंबे समय तो जोड़ा पंजाब आंथ है जोड़ा वो गुरु ग्रंथ साहब महाराज की पावन गुरबाणी की बेअदबी के खिलाफ जोड़ा लड़ता पाया। तो अच्छ लुधियाने डुगरी नहर के उत्ते खड़े हाँ। इतने भी साढ़ा भरे म भरे हुए मन तो सारी संगत को असं कहना चाहते हैं मनाबद्धी जोड़ा गंद आ वो नहर के पाया तो उत्थे सानू अज पावन बाणी के जोड़े गुटका साहब ने उत्थे मिले ने। यह कि साजिश का हिस्सा ने या किसी ना गलती ना किसी तो सिटे गए ने यह जोड़ा जाँच का विषय अज पूरन रूप के संगत जी एकत्र हुई है तो गुटका साहब न हूँ असी बड़े सत्कार उतों क्ढ़िया नहर चो परमिशन मिली सी कि गुटका साहब जोड़े है नहर में मिले हैं असी उत्थे जोड़ा फिर इन्हों बुलाया है तो इन्होंने सिख मर्यादा उन्होंने चक्या है। हाले तक जी गल है कि वह कितने उन्होंने अंगा छेड़छाड़ नहीं हैगी है सिर्फ उत्थे मिले ने ते लेकिन उस जो एक जिस तरह की कार्रवाई कराना चाहेंगे अगर जो बयान लिखाएंगे उस बनती कार्रवाई की जाऊगी तो अगर इन्वेस्टिगेशन की जाऊगी। हाले वो लेटर पार्ट है पहला असं हाले मौके पर पहुंचे सारा मौका देख रहे हैं वो लेटर पार्ट है सारा मौ कैमरे वगैरह जो सारे देखे जाएंगे। नहीं बेअदबी वाली गल नहीं माहौल बिल्कुल समझो जो शांतिपूर्ण है कुछ अंगा कोई भी किसी प्रकार की कोई भी छेड़छाड़ जी है वो नहीं हुई है। भारतीय किसान यूनियन एकता सिद्धूपुर के प्रधान जगजीत सिंह डल्लेवाल के मरणवरत ने भगवंत मान सरकार हिला के रख दी है। लगातार अफसरशाही डल्लेवाल की मरणवरत खत्म करवाने के लिए पूरा जोर लगा रही है। दूजे पासे किसान आगू जगजीत सिंह डल्लेवाल ने स्पष्ट कर दिता है कि मंगा लागू होने तो बाद ही वह अपना वरत खत्म करनगे। दस दिए कि जगजीत सिंह डल्लेवाल का मरणवरत अज चौथे दिन विच जारी है ते उन्हां दी सेहत सोमवार ही बिगड़न लग गई सी ते पर उन्हां ने हस्पताल विच दाखल होने तो इनकार कर दिता सी। अज सीनियर पुलिस ते सिविल अधिकारियां ने किसान आगू नूं फरीदकोट विखे अपना मरणवरत खत्म करवाउण दे लई मनाउण दी कोशिश कीती पर उह नहीं मन्ने। देखो डल्लेवाल साहब बहुत ही किसानां दे लीडर ने और उन्हां दे अज पहले तबीयत वगैरह देखण आए सीगे हालात ठीक ने उन्होंने तो वैसे भी वो मोरैल पूरा अपना उन्होंने जड़िया गलां बात हुई ने डिस्कशन कीतियां उन्होंने पॉइंट्स का असं देखते हैं तो फिर सारी जी एडमिनिस्ट्रेशन दे अगे पुट अप करा और देखते हैं। देखो मैं इन्ह बारे थोनों इस मौके पर दसना मेरे लिए कोई ज़्यादा नहीं है लेकिन हैल्थ ठीक है मोरैल उच्चा उन्होंने गलबात की है क्योंकि पहला भी मैं उन्होंने मीटिंग्स के नाल रखे हैं क्योंकि मैं इतने रहा वहाँ बठिंडे भी बहुत समय से चलते रहे बड़े सूझवान नेता ने और उन्होंने सारी गल का पता हैगा और पॉजिटिव वे आप सारिया गलबात हेल्थ ठीक है गलबात ठीक है। आम आदमी पार्टी के नेता सतेंद्र जैन की मसाज वाली वीडियो वायरल होने तो बाद भाजपा के केंद्रीय मंत्री हरदीप सिंह पुरी ने निशाना साध्या है। उन्होंने कहा कि आम आदमी पार्टी के लोग कह रहे हैं कि सतेंद्र जैन मैडिकल थैरेपी ले रहे हैं इसलिए तुसी खुद जांच करो कि थैरेपिस्ट ने डिग्री कितों प्राप्त की है तो वह किहड़े केसों के दोषी है। इस तों पहला भी भाजपा के कई आगू इस वीडियो नूं लैके आम आदमी पार्टी नूं घेर चुके ने। उत्थे ही जाकिर नायक नूं कतर दे विच फीफा विश्व कप दे विच गलबात लई सद्दा देण दे उत्ते हरदीप सिंह पुरी ने अपना प्रतिकरम दिता है। I have no knowledge. As a Malaysian, I'm sure India took it up and will take it up. But the point is, he's a Malaysian national, yeah. I mean, he's a Malaysian national. You invite him to somewhere, etc. Whether they knew, I have no knowledge of that. I have as much access to information as you have. You can ask me my views on Zakir Naik. My views and your views are the same on that. जीरा नेड़ले पिंड बहक गुजरा दे सरकारी सीनियर सैकेंडरी स्कूल दे विच एक अध्यापका वल्लों सिख धर्म के खिलाफ अपशब्द बोलण दा पता लगन उत्ते वक वक सिख जथेबंदियां ते किसान जथेबंदियां वल्लों रोस प्रदर्शन किया गया ते स्कूल दे विच धरना दे के अपशब्द बोलण वाली अध्यापका पूजा खिलाफ योग कार्रवाई करन दी मंग कीती गई। प्रदर्शन तो बाद विच हरकत विच आए प्रशासन दे वल्लों अध्यापका खिलाफ मामला दर्ज किया गया। पुलिस नूं दिते बयानां दे विच स्वर्ण सिंह पुत्र जरनैल सिंह वासी बहक फत्तू ने दस्या कि सरकारी स्कूल दे विच पिंड बहक गुजरा विखे
ਕਲਾਸ ਦੇ ਵਿੱਚ ਪੜਾਉਂਦੇ ਸਮੇਂ ਅਧਿਆਪਕਾਂ ਦੇ ਵੱਲੋਂ ਸਿੱਖ ਧਰਮ ਦੇ ਗੁਰੂਆਂ ਖਿਲਾਫ ਤੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਖਿਲਾਫ ਅਪਸ਼ਬਦ ਬੋਲੇ ਗਏ ਸਨ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੁੱਖ ਅਫਸਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਉੱਤੇ ਅਧਿਆਪਕਾਂ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਸਾਡੇ ਅੱਜ ਹੀ ਨੋਟਿਸ 'ਚ ਆਇਆ ਸੀ ਕਿ ਇੱਕ ਮੈਡਮ ਪੂਜਾ ਨੇ ਅਤੇ ਬਹਿ ਗੁਜਰਾਂ ਦੇ ਇਹਨਾਂ ਨੇ ਸਿੱਖ ਧਰਮ ਬਾਰੇ 9th ਕਲਾਸ 'ਚ ਕੋਈ ਅਪਸ਼ਬਦ ਬੋਲਿਆ ਅਤੇ ਜਿਹੜਾ ਉਹਦੇ ਹਿਸਾਬ 'ਤੇ ਸਿੱਖ ਜਥੇਬੰਦੀਆਂ ਨੇ ਸਾਡੇ ਧਿਆਨ 'ਚ ਲਿਆਂਦਾ ਇੱਥੇ ਇਕੱਠੇ ਹੋਏ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਉਹਦੇ ਬਿਹਾਵ 'ਤੇ ਜੋ ਕਾਰਵਾਈ ਹੋਏਗੀ ਕਾਨੂੰਨੀ ਅਸੀਂ ਕਰਾਂਗੇ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਸਰਾ ਅਤੇ ਆਖਰੀ T20 ਕੌਮਾਂਤਰੀ ਮੈਚ ਅੱਜ ਇੱਥੇ ਮੀਕਨ ਡਕਵਰਟ ਲੂਇਸ ਨਿਯਮ ਤਹਿਤ ਬਰਾਬਰ ਰਿਹਾ। ਭਾਰਤ ਨੇ 3 ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ ਹੈ। ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਡੋਵੇਨ ਕੋਨਵੇ ਅਤੇ ਗਲੇ ਫਿਲਿਪਸ ਦੇ ਅਰਧ ਸੈਂਕੜਿਆਂ ਦੇ ਬਾਵਜੂਦ ਨਿਊਜ਼ੀਲੈਂਡ ਨੂੰ 19.4 ਓਵਰਾਂ ਦੇ ਵਿੱਚ 160 ਦੌੜਾਂ 'ਤੇ ਢੇਰ ਕਰ ਦਿੱਤਾ। ਭਾਰਤ ਲਈ ਮੁਹੰਮਦ ਸਿਰਾਜ ਨੇ 17 ਦੌੜਾਂ ਦੇ ਕੇ 4 ਅਤੇ ਅਰਸ਼ਦੀਪ ਸਿੰਘ ਨੇ 37 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਹਰਸ਼ਲ ਪਟੇਲ ਨੂੰ 1 ਵਿਕਟ ਮਿਲੀ ਅਤੇ ਮੀਂਹ ਕਾਰਨ ਜਿਸ ਵੇਲੇ ਮੈਚ ਰੋਕਿਆ ਗਿਆ ਉਸ ਵੇਲੇ ਭਾਰਤ 9 ਓਵਰਾਂ ਦੇ ਵਿੱਚ 4 ਵਿਕਟਾਂ ਉੱਤੇ 75 ਦੌੜਾਂ ਉੱਤੇ ਸੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਜਿੱਤ ਨੂੰ ਲੈ ਕੇ ਪ੍ਰਸ਼ੰਸਕ ਪਹਿਲਾਂ ਹੀ ਦਾਅਵੇ ਕਰਦੇ ਹੋਏ ਨਜ਼ਰ ਆ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਨ ਕਲਚਰ ਨੂੰ ਠੱਲ ਪਾਉਣ ਦੇ ਲਈ ਜਾਰੀ ਕੀਤੇ ਗਏ ਹੁਕਮਾਂ ਦੇ ਚਲਦਿਆਂ ਪਟਿਆਲਾ ਪੁਲਿਸ ਨੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਸਿਕੰਜਾ ਕੱਸ ਦਿੱਤਾ ਹੈ। ਪੁਲਿਸ ਨੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ 2 ਮਾਮਲਿਆਂ ਦੇ ਵਿੱਚ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਨੇ ਇਹ ਕਾਰਵਾਈ ਸੋਸ਼ਲ ਮੀਡੀਆ ਉੱਤੇ ਪਾਈਆਂ ਪੋਸਟਾਂ ਤੋਂ ਬਾਅਦ ਵਿੱਚ ਕੀਤੀ ਹੈ। ਇਹਨਾਂ ਦੇ ਵਿੱਚੋਂ ਇੱਕ ਕੇਸ ਥਾਣਾ ਅਰਬਨ ਅਸਟੇਟ ਵਿੱਚ ਅਮਰਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਖਿਲਾਫ਼ ਦਰਜ ਕੀਤਾ ਗਿਆ ਹੈ ਜਿਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ 32 ਬੋਰ ਗਨ ਅਤੇ ਪਿਸਟਲ ਦੇ ਨਾਲ ਫੋਟੋਆਂ ਪਾਈਆਂ ਸਨ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਨਯੋਗ DGP ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਸਪੈਸ਼ਲ ਡਰਾਈਵ ਪੂਰੇ ਸੂਬੇ 'ਚ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਸੋਸ਼ਲ ਮੀਡੀਆ 'ਤੇ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਵੈਪਨਸ ਨੂੰ ਬ੍ਰਾਂਡਿਸ਼ ਕਰਨਾ, ਵੈਪਨਸ ਦਾ ਡਿਸਪਲੇ ਕਰਨਾ ਅਤੇ ਇੱਕ ਭੜਕਾਊ ਮਾਹੌਲ ਕ੍ਰੀਏਟ ਕਰਨ ਦੇ ਖਿਲਾਫ਼ ਅਸੀਂ ਇਹ ਸਪੈਸ਼ਲ ਡਰਾਈਵ ਚਲਾਈ ਹੈ। ਪਟਿਆਲਾ ਪੁਲਿਸ ਨੇ ਇਸ ਡਰਾਈਵ ਦੇ ਤਹਿਤ ਪਿਛਲੇ 2 ਦਿਨਾਂ 'ਚ 5 FIRਾਂ ਦਰਜ ਕੀਤੀਆਂ ਨੇ ਅੰਡਰ ਦਾ ਰੈਲੀਵੈਂਟ ਸੈਕਸ਼ਨਸ ਆਫ ਲੋ। ਐਂਡ ਮੈਂ ਸਾਰੇ ਸਿਟੀਜ਼ਨਸ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਕਿਸੇ ਵੀ ਪ੍ਰਕਾਰ ਦੇ ਵੈਪਨ ਨਾਲ, ਲਾਈਸੈਂਸਡ ਵੈਪਨ ਨਾਲ, ਅਨਲਾਈਸੈਂਸਡ ਵੈਪਨ ਨਾਲ, ਕਿਸੇ ਰਿਸ਼ਤੇਦਾਰ ਦੇ ਵੈਪਨ ਨਾਲ, ਕਿਸੇ ਫਰੈਂਡ ਦੇ ਵੈਪਨ ਨਾਲ ਕੋਈ ਵੀ ਫੋਟੋ, ਆਡੀਓ, ਵੀਡੀਓ ਕਿਸੇ ਤਰੀਕੇ ਦੀ ਵੀ ਸੋਸ਼ਲ ਮੀਡੀਆ 'ਤੇ ਨਾ ਡਿਸਪਲੇ ਕੀਤੀ ਜਾਵੇ। ਬਿਕੋਜ਼ ਪਟਿਆਲਾ ਪੁਲਿਸ ਫਰੋਮ ਨਾਓ ਔਨਵਰਡਸ ਇੱਕ 0 ਟੋਲਰੈਂਸ ਪੋਲਿਸੀ ਅਖਤਿਆਰ ਕਰੂਗੀ ਅਗੇਂਸਟ ਦੀ ਡਿਸਪਲੇ ਆਫ ਵੈਪਨਸ ਔਨ ਸੋਸ਼ਲ ਮੀਡੀਆ। ਇਸ ਦੇ ਮੁਤਲਕ ਅਸੀਂ ਇੱਕ ਅਨਲਾਈਸੈਂਸਡ 32 ਬੋਰ ਦਾ ਰਿਵੋਲਵਰ ਵੀ ਰਿਕਵਰ ਕੀਤਾ ਆ, ਇੱਕ 12 ਬੋਰ ਦੀ ਗੰਨ ਹੈਗੀ ਆ ਅਤੇ ਅਸੀਂ ਲਗਾਤਾਰ ਸਾਈਬਰ ਪੈਟਰੋਲਿੰਗ ਕਰ ਰਹੇ ਹਾਂ। ਸਾਈਬਰ ਪੈਟਰੋਲਿੰਗ ਦਾ ਮਤਲਬ ਇਹ ਆ ਕਿ ਸਾਡੀ ਸੋਸ਼ਲ ਮੀਡੀਆ ਮੋਨੀਟਰਿੰਗ ਦੀ ਜਿਹੜੀ ਟੀਮਾਂ ਨੇ ਉਹ ਲਗਾਤਾਰ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ 'ਤੇ ਲਗਾਤਾਰ ਪੈਟਰੋਲਿੰਗ ਕਰ ਰਹੀਆਂ ਨੇ ਔਨਲਾਈਨ ਕਿ ਕਿਹੜੇ ਬੰਦੇ ਇਸ ਤਰੀਕੇ ਦੇ ਵੈਪਨਸ ਨਾਲ ਇਸ ਤਰੀਕੇ ਦੇ ਵੀਡੀਓ ਜਾਂ ਫੋਟੋਜ਼ ਪਾ ਰਹੇ ਆ ਅਤੇ ਵੀ ਵਿਲ ਮੈਂਟੇਨ ਅ 0 ਟੋਲਰੈਂਸ ਪੋਲਿਸੀ ਔਨ ਦਿਸ। ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਆਸ਼ੀਸ਼ ਸਾਲਦੀ ਦੀ ਕੋਰਟ ਨੇ ਬਰੀ ਕਰ ਦਿੱਤਾ ਹੈ। ਅਨਿਲ ਜੋਸ਼ੀ ਖਿਲਾਫ਼ ਕਾਂਗਰਸੀ ਵਿਨੀਤ ਮਹਾਜਨ ਨੇ ਸਾਲ 2013 ਵਿੱਚ ਮਾਣਹਾਨੀ ਦੇ ਦੋਸ਼ 'ਚ ਕੋਰਟ ਵਿੱਚ ਦਾਇਰ ਕੀਤੇ ਸੀ ਅਤੇ ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਅਮਨਦੀਪ ਸਿੰਘ ਨੇ ਦੱਸਿਆ ਕਿ ਵਕੀਲ ਵਿਨੀਤ ਮਹਾਜਨ ਨੇ ਸਾਬਕਾ ਮੰਤਰੀ ਦੇ ਖਿਲਾਫ਼ ਅਦਾਲਤ ਦੇ ਵਿੱਚ ਉਹਨਾਂ ਦਾ ਅਕਸਰ ਧੁੰਦਲਾ ਕਰਨ ਦੇ ਦੋਸ਼ ਵਿੱਚ ਕੇਸ ਦਾਇਰ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੁਜ਼ਗਾਰ ਮੇਲੇ ਤਹਿਤ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 71,000 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ PM ਮੋਦੀ ਨੇ ਇਹਨਾਂ ਉਮੀਦਵਾਰਾਂ ਨੂੰ ਸੰਬੋਧਨ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਹਾਨੂੰ ਇਹ ਨਵੀਂ ਜ਼ਿੰਮੇਵਾਰੀ ਖਾਸ ਸਮੇਂ ਉੱਤੇ ਮਿਲ ਰਹੀ ਹੈ। ਦੇਸ਼ ਅੰਮ੍ਰਿਤ ਕਾਲ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਅਸੀਂ ਨਾਗਰਿਕਾਂ ਨੇ ਇਸ ਸਮੇਂ ਦੌਰਾਨ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਪ੍ਰਣ ਲਿਆ ਹੈ। ਇਸ ਸੰਕਲਪ ਦੀ ਪ੍ਰਾਪਤੀ ਲਈ ਤੁਸੀਂ ਦੇਸ਼ ਦੇ ਸਾਰਥੀ ਬਣਨ ਜਾ ਰਹੇ ਹੋ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦਾ ਵਿਸ਼ਾਲ ਰੁਜ਼ਗਾਰ ਮੇਲਾ ਦਰਸਾਉਂਦਾ ਹੈ ਕਿ ਕਿਵੇਂ ਸਰਕਾਰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਦੇ ਲਈ ਮਿਸ਼ਨ ਮੋਡ ਦੇ ਵਿੱਚ ਕੰਮ ਕਰ ਰਹੀ ਹੈ। ਅੱਜ ਦੇਸ਼ ਕੇ 45 ਸ਼ਹਿਰੋਂ ਮੇ 71,000 ਸੇ ਜ਼ਿਆਦਾ ਯੁਵਾਓਂ ਕੋ
नियुक्ति पत्र दिए जा रहे हैं, यानी आज एक साथ हजारों घरों में खुशहाली के नए दौर की शुरुआत हुई है। टेक्नोलॉजी की मदद से हर सरकारी कर्मचारी को बेहतर ट्रेनिंग की सुविधा देने का है। हाल ही में जो कर्मयोगी भारत टेक्नोलॉजी प्लेटफॉर्म लॉन्च हुआ है, उसमें कई तरह के ऑनलाइन कोर्सेज उपलब्ध हैं। आज ही आप जैसे नए सरकारी कर्मचारियों के लिए एक विशेष कोर्स की शुरुआत भी की जा रही है। इसको नाम दिया गया है कर्मयोगी प्रारंभ। एसी अजीत का विशेष बुलेटिन होर नवी खबर लैके जल्दी हाजिर होवांगे। तद तक लई बने रहो अजीत वैब टीवी दे नाल।